हेलो दोस्तों, थोड़ा साढ़े चैनल च बहुत बहुत स्वागत है। साढ़े नाल जुड़े रहने लिए, बने रहने लिए थोड़ा धन्यवाद। आए दिन अस तुम नवी नोटिफिकेशन दिने, भावें किसी रिजल्ट नूं लैके होवे, टीचर बेस कोई न्यूज़ होवे या फिर कोई नवी गवर्नमेंट जॉब दी न्यूज़ होवे, ते भावें पीएस चैट दे नोट्स होन। ते हुण अपने पीएस चैट दे नोट्स दी जिहड़ी सीरीज़ चल रही है, उस सीरीज़ नूं आपां अगे वधाउने आ। आपां कर रहे सी अलंकार। पिछली वीडियो दे विच आपां अलंकार दी डेफिनेशन पढ़ी ते अलंकार किन्ने तरह दे हुंदे आ, ते शब्द अलंकार आपां पिछली वीडियो दे विच डिस्कस कर चुके हैं। हुण आपां पढ़ांगे अर्थ अलंकार, क्योंकि अलंकार जिहड़ा टॉपिक है बहुत वड्डा टॉपिक है। दो तीन वीडियो दे विच इह कवर होऊगा, एक वीडियो हले होर बनूगी। एक वीडियो अलंकार दी असीं देती, एक वीडियो इह वाली है ते एक वीडियो हले होर बनूगी। ਉਦੋਂ ਬਾਅਦ ਆਪਾਂ ਸਮਾਸ ਅਤੇ ਰਸ ਆ ਜਿਹੜੇ ਉਹ ਸ਼ੁਰੂ ਕਰਾਂਗੇ। ਅਤੇ ਤੁਸੀਂ ਅਲੰਕਾਰ ਨੂੰ ਪੜ੍ਹੋ ਵਧੀਆ, ਫਿਰ ਆਪਾਂ ਸਮਾਸ ਅਤੇ ਰਸ ਆ ਜਿਹੜੇ ਉਹ ਸ਼ੁਰੂ ਕਰਾਂਗੇ। ਆਪਾਂ ਪੜ੍ਹਦੇ ਹਾਂ ਅਰਥ ਅਲੰਕਾਰ। ਜਦੋਂ ਲਿਖਤ ਦੇ ਸ਼ਬਦ ਅਜਿਹੇ ਢੰਗ ਨਾਲ ਚੁਣੇ ਜਾਣ, ਵਰਤੇ ਜਾਣ ਕਿ ਲਿਖਤ ਦੇ ਅਰਥਾਂ ਵਿੱਚ ਖਾਸ ਖੂਬੀ ਪੈਦਾ ਹੋ ਜਾਵੇ, ਅਰਥ ਵਧੇਰੇ ਰਸਦਾਇਕ ਅਤੇ ਪ੍ਰਭਾਵਸ਼ਾਲੀ ਹੋ ਜਾਣ, ਤਾਂ ਉੱਥੇ ਅਰਥ ਅਲੰਕਾਰ ਹੁੰਦਾ ਹੈ। ਧਿਆਨ ਨਾਲ ਸੁਣੋ ਕਿ ਜਦੋਂ ਲਿਖਤ ਦੇ ਸ਼ਬਦ ਅਜਿਹੇ ਢੰਗ ਨਾਲ ਚੁਣੇ ਜਾਂ ਵਰਤੇ ਜਾਣ ਕਿ ਲਿਖਤ ਦੇ ਅਰਥਾਂ ਵਿੱਚ ਖਾਸ ਖੂਬੀ ਪੈਦਾ ਹੋ ਜਾਵੇ, ਅਰਥ ਵਧੇਰੇ ਰਸਦਾਇਕ ਅਤੇ ਪ੍ਰਭਾਵਸ਼ਾਲੀ ਹੋ ਜਾਣ, ਤਾਂ ਉੱਥੇ ਅਰਥ ਅਲੰਕਾਰ ਹੁੰਦਾ ਹੈ। ਜਿਵੇਂ ਤੇਰਾ ਮੁੱਖ ਕੰਵਲ ਤੇਰੇ ਨੈਣ ਭੋਰੇ। ਇਹ ਉਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਕਿ ਤੇਰਾ ਮੁੱਖ ਕੰਵਲ ਤੇਰੇ ਮੇਰੇ ਨੈਣ ਭੋਰੇ। ਇੱਥੇ ਪ੍ਰੀਤਮ ਦੇ ਚਿਹਰੇ ਨੂੰ ਕਮਲ ਫੁੱਲ ਵਰਗਾ ਦੱਸਿਆ ਗਿਆ ਹੈ ਅਤੇ ਪ੍ਰੀਤਵਾਨ ਦੀਆਂ ਅੱਖਾਂ ਨੂੰ ਭੋਰੇ ਵਰਗੀਆਂ। ਜਿਸ ਤਰ੍ਹਾਂ ਭੋਰਾ ਕਮਲ ਫੁੱਲ ਦੇ ਵੇਖ ਕੇ ਮੋਹਿਆ ਜਾਂਦਾ ਹੈ, ਉਸਦੇ ਉਦਾਲੇ ਪੌਦਾਂ 'ਤੇ ਪਟਦਾ ਹੈ, ਇਸੇ ਤਰ੍ਹਾਂ ਹੀ ਪ੍ਰੀਤਵਾਨ ਦੀਆਂ ਅੱਖੀਆਂ ਮੋਹਿਤ ਹੋ ਕੇ ਪ੍ਰੀਤਮ ਦੇ ਚਿਹਰੇ ਉੱਪਰ ਟਿਕੀਆਂ ਹੋਈਆਂ ਹਨ ਅਤੇ ਕਿਸੇ ਹੋਰ ਪਾਸੇ ਨਹੀਂ ਤੱਕਦੀਆਂ। ਇਸ ਅਲੰਕਾਰ ਨਾਲ ਲਿਖਤ ਦੇ ਅਰਥਾਂ ਵਿੱਚ ਸੁੰਦਰਤਾ ਆਈ ਹੈ। ਮਤਲਬ ਤੁਸੀਂ ਦੇਖੋ ਕਿ ਇੱਥੇ ਪ੍ਰੀਤਮ ਦਾ ਜਿਹੜਾ ਚਿਹਰਾ ਹੈ ਕਮਲ ਦੇ ਫੁੱਲ ਵਰਗਾ ਦੱਸਿਆ ਗਿਆ ਹੈ। ਮਤਲਬ ਜਿਹੜਾ ਇਹੋ ਜਿਹਾ ਢੰਗ ਵਰਤਿਆ ਗਿਆ ਹੈ ਇਹਦੇ ਵਿੱਚ ਕਿ ਜਿਹੜਾ ਅਰਥ ਹੈ ਉਹ ਖਾਸ, ਜਿਹੜੀ ਉਹਦੇ ਵਿੱਚ ਖੂਬੀ ਪੈਦਾ ਹੋਊਗੀ ਅਤੇ ਵਧੇਰੇ ਰਸਦਾਇਕ ਅਤੇ ਪ੍ਰਭਾਵਸ਼ਾਲੀ ਇਹ ਬਣ ਚੁੱਕਿਆ ਹੈ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਇਹ ਕੀ ਹੈ, ਅਰਥ ਅਲੰਕਾਰ ਹੈ ਜਿਹੜਾ ਇਹਦੇ ਵਿੱਚ ਵਰਤਿਆ ਗਿਆ। ਤੁਸੀਂ ਵੇਖਿਓ ਕਿ ਕਮਲ ਦਾ ਫੁੱਲ ਹੋਇਆ ਅਤੇ ਭਾਵੇਂ ਭੌਂਰੇ ਵਰਗੀਆਂ ਜਿਹੜੀਆਂ ਉਹਦੀਆਂ ਅੱਖਾਂ, ਅਤੇ ਬਾਕੀ ਤੁਸੀਂ ਵੇਖੋ ਕਿ ਅੱਗੋਂ ਵੀ ਉਹਨਾਂ ਲਿਖਿਆ ਹੈ ਕਿ ਚਿਹਰੇ ਉੱਪਰ ਟਿਕੀਆਂ ਹੋਈਆਂ, ਪ੍ਰੀਤਮ ਦੇ ਚਿਹਰੇ ਉੱਤੇ ਟਿਕੀਆਂ ਹੋਈਆਂ ਅੱਖਾਂ। ਇਹ ਸਾਰਾ ਕੀ ਹੈ, ਇੱਕ ਸੋਹਣੇ ਅਤੇ ਵਧੇਰੇ ਅਤੇ ਸੁਚੱਜੇ ਢੰਗ ਨਾਲ ਜਿਹੜਾ ਇਹਦੇ ਵਿੱਚ ਰਸ ਨੂੰ ਵਰਤਿਆ ਗਿਆ, ਜਿਹਨੂੰ ਆਪਾਂ ਅਰਥ ਅਲੰਕਾਰ ਕਹਿੰਦੇ ਹਾਂ। ਮਤਲਬ ਇਹਦੇ ਵਿੱਚ ਵਧੇਰੇ ਪ੍ਰਭਾਵਸ਼ਾਲੀ ਅਤੇ ਰਸਦਾਇਕ ਜਿਹੜਾ ਇਹਦਾ ਅਰਥ ਨਿਕਲਿਆ, ਤਾਂ ਇੱਥੋਂ ਆਪਾਂ ਵੇਖ ਸਕਦੇ ਹਾਂ ਕਿ ਇਹ ਕੀ ਹੈ, ਅਰਥ ਅਲੰਕਾਰ। ਅਤੇ ਇਹਦੀਆਂ ਉਪ ਕਿਸਮਾਂ ਆਪਾਂ ਹੁਣ ਦੇਖਦੇ ਹਾਂ। ਵਿਦਵਾਨਾਂ ਨੇ ਅਰਥ ਅਲੰਕਾਰ ਦੀਆਂ ਅਨੇਕ ਕਿਸਮਾਂ ਦੱਸੀਆਂ, ਪਰ ਇੱਥੇ ਸਿਰਫ ਉਪਮਾ ਅਤੇ ਰੂਪਕ ਆਦਿ ਅਲੰਕਾਰਾਂ ਦੀ ਹੀ ਵਿਆਖਿਆ ਕੀਤੀ ਜਾਵੇਗੀ। ਉਪਮਾ ਅਤੇ ਰੂਪਕ, ਤੁਸੀਂ ਧਿਆਨ ਨਾਲ ਹੁਣ ਆਪਾਂ ਪੜ੍ਹਾਂਗੇ ਇਹਦੇ ਉਪਮਾ ਅਤੇ ਰੂਪਕ ਜਿਹੜੇ ਅਰਥ ਅਲੰਕਾਰ ਦੇ ਜਿਹੜੇ ਅੱਗੋਂ ਪਾਠ ਹੈ। ਆਪਾਂ ਹੁਣ ਪੜ੍ਹਦੇ ਹਾਂ ਉਪਮਾ ਅਲੰਕਾਰ। ਉਪਮਾ ਦਾ ਅਰਥ ਹੈ ਸਮਾਨਤਾ, ਬਰਾਬਰੀ, ਮਿਸਾਲ, ਦ੍ਰਿਸ਼ਟਾਂਤ। ਮਤਲਬ ਉਪਮਾ ਦਾ ਜਿਹੜਾ ਅਰਥ ਹੁੰਦਾ, ਉਪਮਾ ਅਲੰਕਾਰ ਜਿਹਨੂੰ ਆਪਾਂ ਸਿਮਾਈਲ ਵੀ ਕਹਿੰਦੇ ਹਾਂ, ਇਹਦਾ ਅਰਥ ਹੁੰਦਾ ਸਮਾਨਤਾ, ਬਰਾਬਰੀ, ਜਿੱਥੇ ਦੋ ਚੀਜ਼ਾਂ ਦੇ ਭਿੰਨ ਹੋਣ 'ਤੇ ਵੀ ਕਿਸੇ ਵਿਸ਼ੇਸ਼ ਗੁਣ ਦੀ ਸਾਂਝ ਕਾਰਨ ਉਹਨਾਂ ਵਿੱਚੋਂ ਇੱਕ ਨੂੰ ਦੂਜੀ ਵਰਗੀ ਦੱਸਿਆ ਜਾਵੇ ਤਾਂ ਉੱਥੇ ਉਪਮਾ ਅਲੰਕਾਰ ਹੁੰਦਾ ਹੈ। ਧਿਆਨ ਨਾਲ ਸੁਣੋ ਕਿ ਜਿੱਥੇ ਦੋ ਚੀਜ਼ਾਂ ਭਿੰਨ ਹੋਣ, ਵੀ ਅਲੱਗ ਅਲੱਗ ਹੋਣ, ਪਰ ਕਿਸੇ ਵਿਸ਼ੇਸ਼ ਗੁਣ ਦੀ ਸਾਂਝ ਕਾਰਨ ਉਹਨਾਂ ਨੂੰ ਇੱਕ ਦੂਜੀ ਵਰਗੀ ਦੱਸਿਆ ਜਾਵੇ, ਵੀ ਉਹਨਾਂ ਦਾ ਕੋਈ ਇਹੋ ਜਿਹਾ ਗੁਣ ਗਿਣਾ ਦਿੱਤਾ ਜਾਵੇ ਕਿ ਉਹਨਾਂ ਨੂੰ ਇੱਕ ਵਰਗਾ ਜਿਹੜਾ ਬਣਾ ਦਿੱਤਾ ਜਾਵੇ, ਤਾਂ ਉਹਨੂੰ ਕਹਿੰਦੇ ਆ ਉਪਮਾ ਅਲੰਕਾਰ।
ਜਿਵੇਂ ਉਸਦੇ ਨੈਣ ਪੱਖਦੇ ਦੀਵੇ ਦੀ ਲਾਟ ਵਾਕਰ, ਮੁੱਖੜਾ ਉਸਦਾ ਚਮਕਦਾ ਚੰਦ ਵਾਂਗੂ। ਜਿਹੜੀ ਇਗਜ਼ੈਂਪਲ ਜਿਹੜੀ ਬੜੀ ਵਧੀਆ ਦਿੱਤੀ ਹੈ ਇਹਦੇ 'ਚ ਕਿ ਉਸਦੇ ਨੈਣ ਪੱਖਦੇ ਦੀਵੇ ਦੀ ਲਾਟ ਵਾਕਰ, ਮੁੱਖੜਾ ਉਸਦਾ ਚਮਕਦਾ ਚੰਦ ਵਾਂਗੂ। ਦੇਖੋ ਕਿ ਇੱਥੇ ਦੀਵੇ ਦੀ ਲਾਟ ਅਤੇ ਨੈਣਾਂ ਵਿੱਚ ਸਾਂਝਾ ਗੁਣ ਪੱਖਣਾ ਜਾਂ ਲਾਲ ਹੋਣ ਕਰਕੇ ਨੈਣਾਂ ਨੂੰ ਦੀਵੇ ਦੀ ਲਾਟ ਵਰਗਾ ਕਿਹਾ ਗਿਆ ਹੈ। ਮਤਲਬ ਇੱਥੇ ਦੀਵੇ ਦੀ ਜਿਹੜੀ ਲਾਟ ਅਤੇ ਨੈਣਾਂ ਵਿੱਚ ਸਾਂਝਾ ਗੁਣ ਦੱਸਿਆ ਗਿਆ ਹੈ ਕਿ ਦੀਵੇ ਦੀ ਲਾਟ ਅਤੇ ਨੈਣਾਂ ਵਿੱਚ ਸਾਂਝਾ ਗੁਣ ਦੱਸਣਾ ਅਤੇ ਪੱਖਣਾ ਜਾਂ ਲਾਲ ਹੋਣ ਕਰਕੇ ਨੈਣਾਂ ਨੂੰ ਦੀਵੇ ਦੀ ਲਾਟ ਵਰਗਾ ਕਿਹਾ ਗਿਆ ਹੈ ਕਿ ਦੋ ਜਿਹੜੇ ਇਹਦੇ ਵਿੱਚ ਸਮਾਨ ਕੀਤਾ ਗਿਆ, ਦੋ ਸ਼ਬਦਾਂ ਨੂੰ ਕਹਿ ਲਓ, ਦੋ ਅਰਥਾਂ ਨੂੰ, ਅਤੇ ਦੂਸਰੇ ਵਾਕ ਵਿੱਚ ਮੁੱਖੜੇ ਨੂੰ ਚਮਕ ਦੇ ਲਿਹਾਜ਼ ਨਾਲ ਚੰਦ ਵਰਗਾ ਕਿਹਾ ਗਿਆ ਹੈ। ਦੂਜੇ ਵਾਕ ਵਿੱਚ ਮੁੱਖੜੇ ਨੂੰ ਚਮਕ ਦੇ ਲਿਹਾਜ਼ ਨਾਲ ਚੰਦ ਵਰਗਾ ਕਿਹਾ ਗਿਆ ਹੈ। ਉਪਮਾ ਅਲੰਕਾਰ ਦੇ ਅੱਗੋਂ ਚਾਰ ਅੰਗ ਹੁੰਦੇ ਹਨ, ਉਪਮੈ, ਉਪਮਾਨ, ਸਮਾਨ, ਧਰਮ ਅਤੇ ਵਾਚਕ। ਮਤਲਬ ਇਹਦੇ ਚਾਰ ਅੰਗ ਹੁੰਦੇ ਆ, ਅੱਗੋਂ ਉਪਮਾ ਅਲੰਕਾਰ ਦੇ ਚਾਰ ਅੰਗ ਹੁੰਦੇ ਹਨ, ਉਪਮੈ, ਉਪਮਾਨ, ਸਮਾਨ, ਧਰਮ ਅਤੇ ਵਾਚਕ। ਸਮਾਨ ਧਰਮ ਇੱਕ ਹੈ ਅਤੇ ਵਾਚਕ ਇਹ ਅਲੱਗ ਹੈ, ਮਤਲਬ ਸਮਾਨ ਧਰਮ ਇੱਕੋ ਹੀ ਹੈ, ਉਪਮੈ, ਉਪਮਾਨ, ਸਮਾਨ ਧਰਮ ਅਤੇ ਵਾਚਕ। ਹੁਣ ਆਪਾਂ ਪੜ੍ਹਦੇ ਹਾਂ ਇੰਨੀਆਂ ਉਹ ਅੱਗੋਂ ਕਿਸਮਾਂ। ਉਪਮੈ ਕੀ ਹੁੰਦਾ ਕਿ ਜਿਸ ਦੀ ਉਪਮਾ ਕੀਤੀ ਗਈ ਹੋਵੇ, ਜਿਵੇਂ ਚੰਦ ਵਰਗਾ ਮੁੱਖੜਾ, ਮੁੱਖੜਾ ਉਪਮਾ ਹੈ। ਮਤਲਬ ਜਿਸ ਚੀਜ਼ ਦੀ ਉਪਮਾ ਕੀਤੀ ਗਈ ਉਹਨੇ ਇਹਦੇ ਮੁੱਖੜੇ ਦੀ ਉਪਮਾ ਕੀਤੀ ਕਿ ਉਹਦਾ ਮੁੱਖੜਾ ਕਿਹਦੇ ਵਰਗਾ ਹੈ, ਚੰਦ ਵਰਗਾ, ਤਾਂ ਇਹਨੂੰ ਕੀ ਕਹਾਂਗੇ, ਉਪਮੈ ਇੱਥੇ ਯੂਜ਼ ਕੀਤਾ, ਵਰਤਿਆ ਗਿਆ। ਉਪਮਾਨ ਜਿਸ ਨਾਲ ਉਪਮਾ ਕੀਤੀ ਗਈ ਹੋਵੇ, ਜਿਵੇਂ ਚੰਦ ਨਾਲ ਕੀਤੀ ਹੈ ਨਾ ਕਿ ਉਹਦਾ ਚੰਦ ਵਰਗਾ ਮੁੱਖੜਾ, ਅਤੇ ਚੰਦ ਇੱਥੇ ਕੀ ਹੈ, ਉਪਮਾਨ ਹੈ। ਉਪਮੈ ਕੀ ਸੀ, ਮੁੱਖੜਾ, ਜਿਹਦੀ ਉਪਮਾ ਕੀਤੀ ਗਈ ਹੋਵੇ, ਮਤਲਬ ਜਿਹਦੀ ਪ੍ਰਸ਼ੰਸਾ ਕੀਤੀ ਗਈ ਹੋਵੇ ਕਿ ਤੇਰਾ ਮੁੱਖੜਾ ਕੀ ਹੈ, ਚੰਦ ਵਰਗਾ। ਉਪਮਾਨ ਕੀ ਹੋ ਗਿਆ, ਜਿਹਨੇ ਨਾਲ ਉਪਮਾ ਕੀਤੀ ਗਈ ਹੋਵੇ, ਜਿਸ ਦੇ ਨਾਲ, ਜਿਵੇਂ ਚੰਦ ਨਾਲ ਕੀਤੀ ਤਾਂ ਚੰਦ ਕੀ ਹੋ ਗਿਆ, ਉਪਮਾਨ। ਉਪਮੈ ਕੀ ਹੋ ਗਿਆ, ਮੁੱਖੜਾ। ਸਮਾਨ ਧਰਮ, ਉਪਮੈ ਅਤੇ ਉਪਮਾਨ ਵਿਚਕਾਰ ਜਿਹੜਾ ਸਾਂਝਾ ਗੁਣ ਹੁੰਦਾ ਉਹਨੂੰ ਕੀ ਕਹਿੰਦੇ ਹੈ, ਸਮਾਨ ਧਰਮ। ਜਿਵੇਂ ਵਾਂਗੂ, ਵਰਗਾ, ਵਾਕਰ, ਜਿਹਾ, ਜਿਵੇਂ ਆਪਾਂ ਕਹਿੰਦੇ ਤੂੰ ਇਹਦੇ ਵਰਗਾ, ਜਿਵੇਂ ਕੋਈ ਵਰਡ ਆਪਾਂ ਯੂਜ਼ ਕਰਦੇ ਨਾ, ਜਿਹਾ, ਜਿਵੇਂ, ਜੀਕਰ, ਵਾਂਗਰ, ਤੂੰ ਇਹਦੇ ਵਾਂਗ ਹੈ, ਤਾਂ ਇਹ ਵਰਡ ਨੂੰ ਕੀ ਕਿਹਾ ਜਾਂਦਾ, ਸਮਾਨ ਧਰਮ। ਅੱਗੋਂ ਆ ਗਿਆ ਵਾਚਕ, ਟਾਕਰਾ ਕਰਨ ਲਈ ਵਰਤਿਆ ਸ਼ਬਦ, ਜਿਵੇਂ ਆਪਾਂ ਟਾਕਰਾ ਕਰਦੇ ਹਾਂ ਕਿ ਸੋਹਣੇ ਦੇਸਾਂ ਵਿੱਚੋਂ ਦੇਸ ਪੰਜਾਬ ਨਹੀਂ ਸਹੀ ਹੋ, ਜਿਵੇਂ ਫੁੱਲਾਂ ਵਿੱਚੋਂ ਫੁੱਲ ਗੁਲਾਬ ਨਹੀਂ ਸਹੀ ਹੋ। ਮਤਲਬ ਆਪਾਂ ਟਾਕਰਾ ਕਰਦੇ ਹਾਂ ਕਿਸੇ ਚੀਜ਼ ਦਾ, ਉਹਦੇ ਲਈ ਵਰਤਿਆ ਜਾਣ ਵਾਲਾ ਸ਼ਬਦ ਕੀ ਹੁੰਦਾ, ਵਾਚਕ। ਇਹ ਸੀ ਅਲੰਕਾਰ ਦੀ ਅਗਲੀ ਵੀਡੀਓ, ਅਗਲਾ ਪਾਠ। ਇਦੋਂ ਅਗਲਾ ਵੀ ਅਲੰਕਾਰ ਤੁਹਾਡੇ ਲਈ ਲੈ ਕੇ ਆਵਾਂਗੇ, ਤੁਸੀਂ ਬਣੇ ਰਹੋ ਸਾਡੇ ਨਾਲ। ਸਾਰਾ ਅਲੰਕਾਰ ਕੰਪਲੀਟ ਕਰਕੇ ਸਮਾਸ ਅਤੇ ਰਸ ਵੀ ਅੱਗੋਂ ਆਪਾਂ ਕਰਾਂਗੇ, ਬਣੇ ਰਹੋ। ਹੋਰ ਵੀ ਤੁਹਾਨੂੰ ਨਿਊਜ਼ ਦੇਵਾਂਗੇ, ਟੈਟ ਦੀਆਂ, ਪੀਐਸ ਟੈਟ ਦੀਆਂ, ਕੋਈ ਨਿਊਜ਼ ਆਈ ਉਹ ਵੀ ਦੇਵਾਂਗੇ, ਬਣੇ ਰਹੋ ਤੁਸੀਂ ਸਾਡੇ ਨਾਲ। ਧੰਨਵਾਦ।